ਹੋਰ ਅਪਡੇਟ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਤੇ ਇਹ ਅਪਡੇਟ ਆ ਰਹੀ ਹੈ ਜੀ ਮਾਨਸਾ ਕੋਰਟ ਦੇ ਵੱਲੋਂ। ਮਾਨਸਾ ਕੋਰਟ ਦੇ ਵਿੱਚ ਦੋਸਤੋ ਪੈਰਾਲੀਗਲ ਵੋਲੰਟੀਅਰਸ ਦੀ ਪੋਸਟਾਂ ਆਊਟ ਹੋਈ ਹੈ। ਟੋਟਲ ਪੋਸਟਾਂ ਦੀ ਦੋਸਤੋ ਗੱਲ ਕਰੀਏ ਤਾਂ 30 ਪੋਸਟਾਂ ਇਹਨਾਂ ਨੇ ਅਨਾਊਂਸ ਕਰੀ ਹੈ। 10 ਪੋਸਟਾਂ ਤਾਂ ਦੋਸਤੋ ਪ੍ਰੋਪਰ ਮਾਨਸਾ ਦੇ ਵਿੱਚ ਅਨਾਊਂਸ ਹੋਈ ਹੈ, ਸਰਦੂਲਗੜ੍ਹ ਦੇ ਵਿੱਚ 10 ਪੋਸਟਾਂ ਹੈ ਅਤੇ ਬੁਢਲਾਡਾ ਦੇ ਵਿੱਚ ਦੋਸਤੋ 10 ਪੋਸਟਾਂ ਇਹਨਾਂ ਨੇ ਅਨਾਊਂਸ ਕਰੀ ਹੈ। ਅੱਗੇ ਗੱਲ ਕਰਦੇ ਹਾਂ ਦੋਸਤੋ ਤੁਸੀਂ ਜਿਹੜਾ ਹੈ ਕਿ ਕੁਝ ਇਸ ਦੇ ਵਿੱਚ ਕੁਆਲੀਫਿਕੇਸ਼ਨ ਚਾਹੀਦੀ ਤੁਹਾਨੂੰ ਅਤੇ ਕਿੱਦਾਂ ਤੁਸੀਂ ਅਪਲਾਈ ਕਰਨਾ ਹੈ। ਤਾਂ ਸਭ ਤੋਂ ਪਹਿਲਾਂ ਕੁਆਲੀਫਿਕੇਸ਼ਨ ਦੇਖ ਲਓ ਦੋਸਤੋ, 10ਵੀਂ ਕੁਆਲੀਫਿਕੇਸ਼ਨ ਇਹਨਾਂ ਨੇ ਮੰਗੀ ਹੈ, ਯਾਨੀ ਕਿ ਮੈਟ੍ਰਿਕ ਤੁਹਾਡੀ ਪਾਸ ਹੋਣੀ ਚਾਹੀਦੀ ਹੈ ਅਤੇ ਨਾਲੇ ਦੋਸਤੋ ਪੰਜਾਬੀ ਦਾ ਨੌਲੇਜ ਜਿਹੜਾ ਹੈ ਉਹ ਲਾਜ਼ਮੀ ਹੈ। ਅਰਜ਼ੀ ਦੇਣ ਦੋਸਤੋ ਅੰਤਿਮ ਮਿਤੀ ਦੀ ਗੱਲ ਕਰੀਏ, ਅਖੀਰੀ ਮਿਤੀ ਦੀ ਤਾਂ ਉਹ ਰਹੇਗੀ ਜੀ 7 ਮਾਰਚ, ਅਤੇ ਜਿਹੜਾ ਸਥਾਨ ਹੈ ਜਿੱਥੇ ਜਾ ਕੇ ਤੁਸੀਂ ਐਪਲੀਕੇਸ਼ਨ ਦੇਣੀ ਹੈ ਉਹ ਹੈ ਜੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ। ਬਾਈ ਹੈਂਡ ਜਾ ਕੇ ਤੁਸੀਂ ਦੋਸਤੋ ਆਪਣੀ ਐਪਲੀਕੇਸ਼ਨ ਜਿਹੜੀ ਹੈ ਜਮ੍ਹਾਂ ਕਰਵਾ ਸਕਦੇ ਹੋ ਅਤੇ ਇੰਟਰਵਿਊ ਦੋਸਤੋ ਮਿਤੀ ਰਹੇਗੀ ਉਹ ਰਹੇਗੀ 12 ਮਾਰਚ 2020 ਸਵੇਰੇ 10 ਵਜੇ ਦਾ ਟਾਈਮ ਹੋਏਗਾ। ADR ਸੈਂਟਰ ਮਾਨਸਾ ਵਿਖੇ ਹੋਏਗਾ ਜੀ ਤੁਹਾਡਾ ਇੰਟਰਵਿਊ। ਭੱਤਾ ਦੋਸਤੋ ਇਹਨਾਂ ਨੇ ਸਪਸ਼ਟ ਇੱਥੇ ਲਿਖਿਆ ਹੋਇਆ, ਕੋਈ ਪ੍ਰੋਪਰ ਤਨਖਾਹ ਤੁਹਾਨੂੰ ਨਹੀਂ ਮਿਲੇਗੀ। ਜਿਸ ਦਿਨ ਤੁਹਾਨੂੰ ਕੰਮ 'ਤੇ ਸੱਦਿਆ ਜਾਵੇਗਾ ਉਸ ਦਿਨ ਤੁਸੀਂ ਮੰਨ ਸਕਦੇ ਹੋ 800-850 ਰੁਪਈਆਂ ਦੇ ਤਕਰੀਬਨ ਪਰ ਡੇ ਇਹਨਾਂ ਦਾ ਹਿਸਾਬ ਹੁੰਦਾ, ਉਸ ਹਿਸਾਬ ਦੇ ਨਾਲ ਤੁਹਾਨੂੰ ਰੁਪਈਆ ਜਿਹੜਾ ਹੈ ਦਿੱਤਾ ਜਾਵੇਗਾ। ਸੈਲਰੀ ਦੋਸਤੋ ਕੋਈ ਨਹੀਂ ਹੋਏਗੀ, ਠੀਕ ਹੈ। ਅਤੇ ਅੱਗੇ ਵਧਦਿਆਂ ਦੋਸਤੋ ਕੰਮ ਦੀ ਗੱਲ ਕਰਦੇ ਹਾਂ ਤਾਂ ਪੈਰਾਲੀਗਲ ਵੋਲੰਟੀਅਰਸ ਦਾ ਜਿਹੜਾ ਕੰਮ ਹੁੰਦਾ ਦੋਸਤੋ ਉਹ ਜੇ ਸ਼ੋਰਟ ਦੇ ਵਿੱਚ ਕਹੀਏ ਤਾਂ ਕਾਨੂੰਨੀ ਸੇਵਾਵਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਫੈਲਾਉਣਾ ਹੁੰਦਾ, ਯਾਨੀ ਕਿ ਸਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੁੰਦਾ ਕਾਨੂੰਨ ਦੇ ਪ੍ਰਤੀ, ਠੀਕ ਹੈ। ਅਤੇ ਇੱਥੇ ਦੋਸਤੋ ਇਹਨਾਂ ਨੇ ਕੈਟੇਗਰੀ ਦੱਸੀ ਹੋਈ ਹੈ, ਕੈਂਡੀਡੇਟ ਸਾਰੇ ਇੱਥੇ ਅਪਲਾਈ ਕਰ ਸਕਦੇ ਹੈ। ਅਤੇ ਇਹ ਹੈ ਜੀ ਤੁਹਾਡਾ ਪਰਫੋਰਮਾ, ਠੀਕ ਹੈ। ਇਹ ਪਰਫੋਰਮਾ ਤੁਸੀਂ ਫਿਲ ਕਰਨਾ, ਇਸ ਦੇ ਨਾਲ ਤੁਹਾਡੇ ਜਿੰਨੇ ਵੀ ਕੁਆਲੀਫਿਕੇਸ਼ਨ ਦੇ ਡਾਕੂਮੈਂਟ ਹੈ ਉਹਨਾਂ ਨੂੰ ਅਟੈਸਟਡ ਕਰਕੇ ਤੁਸੀਂ ਅਟੈਚ ਕਰ ਦਿਓ, ਇੱਥੇ ਆਪਣੀ ਫੋਟੋ ਲਗਾ ਲਿਓ ਅਤੇ ਇੱਕ ਅੱਧੀ ਫੋਟੋ ਜਿਹੜੀ ਹੈ ਦੋਸਤੋ ਐਕਸਟਰਾ ਲੈ ਲਿਓ, ID ਪਰੂਫ ਵਗੈਰਾ ਵੀ ਲੈ ਲਿਓ ਅਤੇ ਜਾ ਕੇ ਮਾਨਸਾ ਜਿਹੜੀ ਹੈ ਉਹ ਅਥਾਰਟੀ ਉੱਥੇ ਜਾ ਕੇ ਤੁਸੀਂ ਜਮ੍ਹਾਂ ਕਰਵਾ ਦੇਣਾ, ਠੀਕ ਹੈ। ਸੋ ਇਹ ਸੀ ਦੋਸਤੋ ਅੱਜ ਦਾ ਨਿੱਕਾ ਜਿਹਾ ਅਪਡੇਟ, ਤੁਹਾਨੂੰ ਕਿੱਦਾਂ ਲੱਗਿਆ ਕਮੈਂਟ ਕਰਕੇ ਦੱਸਿਓ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਓ। ਆਪਾਂ ਮਿਲਾਂਗੇ ਨੈਕਸਟ ਵੀਡੀਓ ਵਿੱਚ, ਉਦੋਂ ਤੱਕ ਦੇ ਲਈ ਰੱਬ ਰਾਖਾ।